ਐਸਐਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਕਪੂਰਥਲਾ ਵਿੱਚ ਆਪਣੀ ਨਿਯੁਕਤੀ ਸਮੇਂ ਜੋ ਪੁਲਿਸ ਤੰਤਰ ਨੂੰ ਦਰੁਸਤ ਕਰਨ ਦਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਦਿਆਂ ਅੱਜ ਫਗਵਾੜਾ ਵਿਖੇ ਪੁਲਿਸ ਨੂੰ 15 ਮੋਟਰਸਾਈਕਲ ਦੀਆਂ ਟੀਮਾਂ ਵਿੱਚ ਵੰਡਿਆ ਗਿਆ ਜਿਸ ਵਿੱਚ 12 ਮੋਟਰਸਾਈਕਲ ਪੀਸੀਆਰ ਲਈ ਅਤੇ 3 ਮੋਟਰਸਾਈਕਲ ਟ੍ਰੈਫਿਕ ਪੁਲਿਸ ਨੂੰ ਦਿੱਤੇ ਗਏ ਜਿਨ੍ਹਾਂ ਨੂੰ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਖੁਦ ਰਵਾਨਾ ਕੀਤਾ। ਉਹਨਾਂ ਦੱਸਿਆ ਕਿ ਇਹ ਵਾਹਨ ਫਗਵਾੜਾ ਵਿੱਚ 24 ਘੰਟੇ ਪੈਟਰੋਲਿੰਗ ਕਰਨਗੇ। ਇਸ ਤੋਂ ਇਲਾਵਾ ਸ਼ਹਿਰ ਅਤੇ ਪਿੰਡਾਂ ਦੇ ਵਿੱਚ ਗਸ਼ਤ ਕਰਨ ਦੇ ਲਈ 3 ਬਲੈਰੋ ਗੱਡੀਆਂ ਵੀ ਲਾਂਚ ਕੀਤੀਆਂ ਗਈਆਂ ਜੋ ਕਿ ਅਲੱਗ ਅਲੱਗ ਬੀਟਾਂ ਦੇ ਵਿੱਚ ਨਿਗਰਾਨੀ ਕਰਨਗੀਆਂ। ਇਸ ਮੌਕੇ ਸਰਦਾਰ ਖੱਖ ਨੇ ਕਿਹਾ ਕਿ ਬਾਜ਼ਾਰਾਂ ਵਿੱਚ ਟ੍ਰੈਫਿਕ ਨੂੰ ਠੀਕ ਕਰਨ ਦੇ ਲਈ ਬਾਜ਼ਾਰਾਂ ਦੀਆਂ ਕਮੇਟੀਆਂ ਅਤੇ ਨਗਰ ਨਿਗਮ ਦਾ ਸਹਿਯੋਗ ਵੀ ਲਿਆ ਜਾਵੇਗਾ। ਅੱਜ ਅਸੀਂ ਫਗਵਾੜੇ ਦੇ ਵਿੱਚ ਔਰ ਕਪੂਰਥਲੇ ਦੇ ਵਿੱਚ ਜਿਹੜੇ ਜ਼ਿਲ੍ਹੇ ਕਪੂਰਥਲੇ ਦੇ ਦੋ ਮੇਨ ਸ਼ਹਿਰ ਹੈ ਇਹਨਾਂ ਦੋਵਾਂ ਦੇ ਵਿੱਚ ਸੇਫ ਸਿਟੀ ਪ੍ਰੋਜੈਕਟ ਲਾਂਚ ਕੀਤਾ ਜਿਹਦੇ ਵਿੱਚ ਅਸੀਂ ਤਕਰੀਬਨ 15 ਬਾਈਕਸ ਜਿਹੜੇ ਆ PCR ਦੇ ਫਗਵਾੜੇ ਲਈ ਔਰ 15 ਬਾਈਕਸ PCR ਦੇ ਕਪੂਰਥਲੇ ਲਈ ਇਹ ਸਿਟੀ ਪੁਲਿਸਿੰਗ ਦੇ ਵਿੱਚ ਇਹਨਾਂ ਦੀ ਦਿਨ ਰਾਤ 24 ਘੰਟੇ ਇਹ ਡਿਊਟੀ ਕਰਨਗੇ ਲੋਕਾਂ ਦੇ ਲਈ। ਬੇਸਿਕ ਸਿਸਟਮ ਇਹ ਹੈਗਾ ਜਿਹੜਾ ਇਹ 3 ਗੱਡੀਆਂ ਤੁਸੀਂ ਦੇਖ ਰਹੇ ਹਾਂ ਪਰਲੇ ਪਾਸੇ ਖੜੀਆਂ ਇਹ ਅਸੀਂ ਇਹਦੇ ਨਾਲ ਐਤਕੀ ਸਿਟੀ ਪੁਲਿਸਿੰਗ ਦੇ ਨਾਲ ਪਿੰਡਾਂ ਲਈ ਵੀ ਰੈਪਿਡ ਰੂਰਲ ਰਿਸਪੋਂਸ ਸਿਸਟਮ ਕਹਿੰਦੇ ਇਹਨੂੰ RRS ਇਹ ਰੈਪਿਡ ਰੂਰਲ ਰਿਸਪੋਂਸ ਸਿਸਟਮ ਵੀ ਅੱਜ ਚਾਲੂ ਕੀਤਾ। ਇਹਦੇ ਵਿੱਚ ਤੁਹਾਡਾ ਤਕਰੀਬਨ ਸਬ ਡਿਵੀਜ਼ਨ ਫਗਵਾੜੇ ਦਾ ਸਾਰਾ ਏਰੀਆ ਕਵਰ ਹੋ ਗਿਆ। ਜਿਹੜੀਆਂ ਇਹ 3 ਗੱਡੀਆਂ ਹੈਗੀਆਂ ਇੱਕ ਪਾਸਿਓਂ GT ਰੋਡ ਅਤੇ ਇੱਕ ਜਿਹੜੀ ਹੈਗੀ ਆਪਣੇ ਲੁਧਿਆਣਾ ਜਲੰਧਰ GT ਰੋਡ ਇੱਕ ਗੱਡੀ ਉਹਦੇ ਉੱਪਰ ਡੋਮੀਨੇਟ ਕਰੇਗੀ 24 ਘੰਟੇ 2 ਸ਼ਿਫਟਾਂ ਦੇ ਵਿੱਚ। ਇੱਕ ਗੱਡੀ ਜਿਹੜੀ ਕੌਨਿਕਾ ਵਾਲੇ ਬਾਈਪਾਸ ਤੋਂ ਲੈ ਕੇ ਅਤੇ ਮੇਲੀ ਤੱਕ ਉਸ ਬਾਈਪਾਸ 'ਤੇ ਡੋਮੀਨੇਟ ਕਰੇਗੀ ਔਰ ਤੀਸਰੀ ਗੱਡੀ ਜਿਹੜੀ ਹੈਗੀ ਆ ਉਹ ਹੁਸ਼ਿਆਰਪੁਰ ਚੌਂਕ ਤੋਂ ਲੈ ਕੇ ਅਤੇ ਰਿਹਾਣਾ ਜੱਟਾ ਤੱਕ ਰਾਵਲਪਿੰਡੀ ਜਿਹੜਾ ਹੁਸ਼ਿਆਰਪੁਰ ਫਗਵਾੜਾ ਰੋਡ ਆ ਉਹ ਉਹਦੇ ਉੱਪਰ ਡੋਮੀਨੇਟ ਕਰੇਗੀ। ਅੱਜ ਇਸ ਪ੍ਰੋਜੈਕਟ ਦਾ ਜਿਹੜਾ ਮੇਨ ਮਕਸਦ ਹੈਗਾ ਉਹ ਸਿਰਫ ਇਹੀ ਹੈ ਵੀ ਇਹ ਬਾਈਕਸ ਜਿਹੜੇ ਸੀਗੇ ਇਹ ਪਹਿਲਾਂ ਥੋੜ੍ਹੀ ਮਾਤਰਾ ਘੱਟ ਸੀਗੀ ਫਗਵਾੜਾ ਸ਼ਹਿਰ ਜਦੋਂ ਮੈਂ ਇੱਥੇ ਸੀਗਾ DSP SP ਉਦੋਂ 27 MC ਹੁੰਦੇ ਸੀ ਹੁਣ ਜਿਹੜੀ ਕਾਰਪੋਰੇਸ਼ਨ ਬਣੀ ਆ ਹੁਣ 50 MC ਹੋ ਗਏ। ਸਾਰੇ ਸ਼ਹਿਰਾਂ ਦੀ ਮਸ਼ਰੂਮਿੰਗ ਹੋ ਰਹੀ ਆ ਸ਼ਹਿਰ ਵਧੀ ਜਾਂਦੇ ਆ ਉਹਦੇ ਮੁਕਾਬਲੇ 'ਚ ਅਸੀਂ ਪੁਲਿਸ ਦੀ ਵੀ ਅੱਜ ਆਪਣੀ ਮਸ਼ਰੂਮਿੰਗ ਕੀਤੀ ਆ ਅਸੀਂ ਪੁਲਿਸ ਫੋਰਸ ਵਧਾਈ ਹੈ ਤਾਂ ਕਿ ਜਿਹੜੇ ਫਗਵਾੜਾ ਸ਼ਹਿਰ ਦੇ ਜਿਹੜੇ ਨਿਵਾਸੀ ਹੈਗਾ ਆਪਣੇ ਆਪ ਨੂੰ ਸੇਫ ਫੀਲ ਕਰਨ। ਆਉਂਦੇ ਦਿਨਾਂ ਦੇ ਵਿੱਚ ਅਸੀਂ ਸਾਰੇ ਜਿਹੜੇ ਨੰਬਰ ਹੈਗੇ ਆ ਬੇਸਿਕ ਕਨਸੈਪਟ ਕੀ ਹੈ ਪੁਲਿਸਿੰਗ ਦਾ ਵੀ ਜਿਹੜਾ ਆਮ ਬੰਦਾ ਆ ਤੁਸੀਂ ਆ ਅਸੀਂ ਹਾਂ ਸਾਨੂੰ ਪਤਾ ਹੋਵੇ ਵੀ ਜੇ ਸਾਨੂੰ ਲੋੜ ਪੈਂਦੀ ਆ ਕਿਸੇ ਵੀ ਟਾਈਮ ਤਾਂ ਅਸੀਂ ਪੁਲਿਸ ਨੂੰ ਕਿੱਦਾਂ ਕਾਲ ਕਰ ਸਕਦੇ ਉਹ ਅਸੀਂ ਤੁਹਾਡੇ ਰਾਹੀਂ ਵੀ ਮੀਡੀਆ ਰਾਹੀਂ ਵੀ ਅਤੇ ਤਕਰੀਬਨ ਆਪਣੇ ਵੱਲੋਂ ਵੀ ਅਸੀਂ ਸਾਰੇ ਪੋਸਟਰ ਇੱਦਾਂ ਦੇ ਬਣਾਵਾਂਗੇ ਔਰ ਹਰੇਕ ਐਸਟੈਬਲਿਸ਼ਮੈਂਟ 'ਤੇ ਹਰੇਕ ਅਖਬਾਰ ਦੇ ਹੋਕਰ ਦੇ ਰਾਹੀਂ ਅਸੀਂ ਘਰ ਘਰ ਤੱਕ ਉਹ ਪੋਸਟਰ ਪਹੁੰਚਾਵਾਂਗੇ ਤਾਂ ਕਿ ਇੱਕ ਬੰਦੇ ਨੂੰ ਸਿਟੀਜ਼ਨ ਨੂੰ ਇਹ ਪਤਾ ਲੱਗੇ ਵੀ ਜੇ ਮੈਨੂੰ ਪੁਲਿਸ ਦੀ ਲੋੜ ਆ ਤਾਂ ਮੈਂ ਕਿਹੜੇ ਨੰਬਰ 'ਤੇ ਕਾਲ ਕਰਨੀ। ਤਕਰੀਬਨ ਅਸੀਂ 55 ਬੰਦੇ ਇਹਨਾਂ ਨੂੰ PCR ਵਾਸਤੇ ਦਿੱਤੇ ਆ 55 ਇਹਨੇ ਮੇਰਾ ਖਿਆਲ ਦੋ ਥਾਣਿਆਂ 'ਚ ਨਹੀਂ ਹੁੰਦੇ ਜਿੰਨੇ ਅਸੀਂ PCR 'ਚ ਲਾ ਦਿੱਤੇ ਆ ਇਹ ਹੁਣ 2 ਸ਼ਿਫਟਾਂ 'ਚ 12-12 ਘੰਟੇ ਦੇ ਵਿੱਚ ਇਹਨਾਂ ਨੇ ਡਿਊਟੀ ਕਰਨੀ ਆ। 12 ਜਿਹੜੇ ਬਾਈਕਸ ਹੈਗੇ ਉਹ 24 ਘੰਟੇ ਔਨਲਾਈਨ ਰਹਿਣੇ ਆ ਸੜਕਾਂ 'ਤੇ ਗਲੀਆਂ 'ਚ ਹਰੇਕ ਪਾਸੇ ਰਹਿਣੇ ਆ। ਜਦੋਂ ਟ੍ਰੈਫਿਕ ਦੀ ਪ੍ਰੋਬਲਮ ਸੀ ਜਦੋਂ ਫਲਾਈਓਵਰ ਬਣਦਾ ਸੀ ਹੁਣ ਤਕਰੀਬਨ ਪ੍ਰੋਬਲਮ ਥੋੜ੍ਹੀ ਘਟੀ ਹੈ ਬਟ ਅਸੀਂ ਫਿਰ ਵੀ ਟ੍ਰੈਫਿਕ ਲਈ ਵੀ ਇੱਕ ਨਵਾਂ ਕਨਸੈਪਟ ਐਡ ਕੀਤਾ ਇਹ ਆਹ PCR ਆ ਤੁਸੀਂ ਨਜ਼ਰ ਤੁਹਾਨੂੰ ਆ ਰਿਹਾ ਹੋਣਾ ਇਹ ਸ਼ਹਿਰ ਦਾ PCR ਦਾ ਇਹ ਸਾਰੇ ਸ਼ਹਿਰ ਨੂੰ ਇਹਨਾਂ ਨੇ 12 ਭਾਗਾਂ 'ਚ ਵੰਡਤਾ ਹਰੇਕ ਨਿੱਕ ਐਂਡ ਕੋਰਨਰ ਦੇ ਉੱਪਰ ਜਿਹੜਾ ਹੈਗਾ PCR ਉਹ ਸਾਰੇ ਇਹ ਮਿਊਂਸੀਪਲ ਕਾਰਪੋਰੇਸ਼ਨ ਦੇ ਲਿਮਿਟ ਦੇ ਵਿੱਚ ਕੰਮ ਕਰੇਗਾ। ਇੱਦਾਂ ਹੀ ਜਿਹੜਾ ਸੈਕਿੰਡ ਮੈਪ ਹੈਗਾ ਇਹ ਆਪਣੇ ਟ੍ਰੈਫਿਕ ਦਾ ਮੈਪ ਬਣਾਇਆ ਇਹਨਾਂ ਨੇ ਇਸ ਟ੍ਰੈਫਿਕ ਨੂੰ ਇਸ 3-4 ਭਾਗਾਂ 'ਚ ਵੰਡ ਲਿਆ ਜੋ ਵੀ ਕੰਜੈਸ਼ਨ ਦਾ ਏਰੀਆ ਸੀਗਾ ਭੀੜ ਵਾਲੇ ਇਲਾਕੇ ਸੀਗੇ ਉਹਨੂੰ ਅਸੀਂ ਮੈਪਿੰਗ ਕਰ ਲਈ ਆ ਉਹਦੀ। ਹੁਣ ਅੱਗੇ ਕਨਸੈਪਟ ਹੁੰਦਾ ਸੀਗਾ ਵੀ ਜਿਹੜਾ ਆਪਣੇ ਟ੍ਰੈਫਿਕ ਦਾ ਮੁਲਾਜ਼ਮ ਉਹ ਸਟੈਟਿਕ ਡਿਊਟੀ ਕਰੇ ਉਹਨੇ ਇਸ਼ਾਰਾ ਕਰਨਾ ਕਦੀ ਬੱਸ ਰੋਕ ਲਈ ਕਦੀ ਟ੍ਰੈਫਿਕ ਜਾਣ 'ਤੇ ਕਦੀ ਆਉਣ ਦਿੱਤੀ ਬਟ ਹੁਣ ਅਸੀਂ ਉਹਨੂੰ ਬਾਈਕਸ ਦੇ ਰਹੇ ਹਾਂ ਅਸੀਂ ਅੱਜ 3 ਜਿਹੜੇ ਬਾਈਕਸ ਹੈਗੇ ਉਹ ਟ੍ਰੈਫਿਕ ਪੁਲਿਸ ਨੂੰ ਵੀ ਦਿੱਤੇ ਆ ਜਿਨ੍ਹਾਂ ਨੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਡਿਊਟੀ ਕਰਨੀ ਹੈ ਉਹ ਹੁਣ ਮੂਵਿੰਗ ਡਿਊਟੀ ਕਰਨਗੇ ਬੀਟ ਦੇ ਵਿੱਚ ਡਿਊਟੀ ਕਰਨਗੇ। ਜਿੱਦਾਂ ਇੱਕ ਟ੍ਰੈਫਿਕ ਵਾਲੇ ਨੂੰ 3 ਕਿਲੋਮੀਟਰ ਦਾ ਘੇਰਾ ਮਿਲ ਗਿਆ ਉਹ 3 ਕਿਲੋਮੀਟਰ 'ਚ ਆਪਣੀ ਟ੍ਰੈਫਿਕ ਰੈਗੂਲੇਟ ਕਰੂਗਾ। ਅਫਸਰਾਂ ਨੂੰ ਮੈਂ ਰਿਕੁਐਸਟ ਕੀਤੀ ਹੈਗੀ ਆ ਇਹ ਹੁਣ ਸਾਰੇ ਜਿਹੜੇ ਆ ਟ੍ਰੈਫਿਕ ਇੰਚਾਰਜ ਆ PCR ਵਾਲਾ ਇਹ ਮਾਰਕੀਟਸ ਵਾਲੇ ਐਸੋਸੀਏਸ਼ਨ ਦਾ ਮੀਟਿੰਗ ਕਰਨਗੇ। ਬਾਕੀ ਮੈਂ ਤੁਹਾਡੇ ਰਾਹੀਂ ਵੀ ਬੇਨਤੀ ਕਰਦਾ ਵੀ ਦੇਖੋ ਜਿਹੜਾ ਟ੍ਰੈਫਿਕ ਸਮੱਸਿਆ ਹੈ ਇਹ ਹੁਣ ਇੰਡੀਆ ਦੀ ਨਹੀਂ ਸਾਰੇ ਵਰਲਡ ਦੀ ਹੈ ਬਟ ਇਹਦਾ ਇੱਕੋ ਹੀ ਹੱਲ ਹੈਗਾ ਵੀ ਅਸੀਂ ਆਪਣੇ ਆਪ ਨੂੰ ਹੋਰ ਡਿਸਿਪਲਿਨ ਕਰੀਏ। ਇਹ 3 SHO ਦੀ ਕਮਾਂਡ 'ਚ ਰਹਿਣਗੀਆਂ ਇੱਕ ਸਤਨਾਮਪੁਰਾ SHO ਇੱਕ ਰਾਵਲਪਿੰਡੀ SHO ਔਰ ਇੱਕ ਸਦਰ SHO ਸਿਟੀ ਵਾਲੇ SHO ਔਰ ਸਤਨਾਮਪੁਰੇ ਵਾਲੇ SHO ਕੋਲ PCR ਹੋਏਗਾ ਜਿਹੜਾ ਬਾਈਕਸ ਹੈਗੀਆਂ। ਇਸ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੱਦਾਂ
ਮੇਰੀ ਕਮਿਟਮੈਂਟ ਵੀ ਸੀ ਫਗਵਾੜੇ ਲਈ, ਕਿਉਂਕਿ ਮੈਂ ਇੱਥੇ ਬੜਾ ਕੰਮ ਕੀਤਾ, ਲੋਕਾਂ ਦਾ ਬੜਾ ਪਿਆਰ ਰਿਹਾ ਮੇਰੇ ਲਈ। ਅਤੇ ਮੈਂ ਲਾਸਟ ਟਾਈਮ ਆਪਣਾ ਇਸ ਵਿਜ਼ਿਟ 'ਚ ਕਹਿ ਕੇ ਗਿਆ ਸੀ ਵੀ ਨੈਕਸਟ ਟਾਈਮ ਮੈਂ ਜਦੋਂ ਆਊਂਗਾ ਤਾਂ ਅਸੀਂ ਕੰਮ ਕਰਾਂਗੇ। ਅਸੀਂ 3 ਹਫ਼ਤੇ ਲਾਏ ਇਸ ਕੰਮ ਨੂੰ। ਸਾਡੇ SP ਆ ਜਸਵੀਰ ਸਿੰਘ ਮੇਰੇ ਨਾਲ ਆਏ ਨੇ, SP ਹੈੱਡਕੁਆਰਟਰ ਇਹਨਾਂ ਦੀ ਸੁਪਰਵਿਜ਼ਨ 'ਚ ਇਹਨਾਂ ਦੇ ਬਾਈਕਸ ਦਾ ਕੰਮ ਹੋਇਆ। ਇਹਨਾਂ ਨੇ ਦਿਨ ਰਾਤ ਇੱਕ ਕਰਕੇ, ਮੈਂ 2 ਬੰਦਿਆਂ ਦਾ ਨਾਂ ਲੈਣਾ ਚਾਹੁੰਦਾ, ਇੱਕ ਇੰਸਪੈਕਟਰ ਮਨਜੀਤ ਸਿੰਘ ਹੈਗੇ ਸਾਡੇ RI ਦਾ ਕੰਮ ਕਰ ਰਹੇ ਆ, ਔਰ ਇੱਕ ਸਾਡਾ MTO ਹੈਗਾ ਜਿਹੜਾ ਗੱਡੀਆਂ ਦੀ ਦੇਖਭਾਲ ਕਰਦਾ ਹੈਗਾ। ਇਹਨਾਂ ਨੇ ਦਿਨ ਰਾਤ ਕਰਕੇ ਮੇਰਾ ਜਿਹੜਾ ਪ੍ਰੋਜੈਕਟ ਸੀ ਉਹਨੂੰ ਪੂਰਾ ਕਰਨ 'ਚ ਮਦਦ ਕੀਤੀ ਹੈ, ਔਰ ਇਹ ਸ਼ਲਾਘਾ ਦੇ ਪਾਤਰ ਹੈਗੇ ਆ। ਬਾਕੀ ਹੁਣ ਮੈਂ ਫਗਵਾੜਾ ਪੁਲਿਸ ਤੋਂ ਆਸ ਕਰਦਾ ਵੀ ਜਿਹੜੀ ਇਹ ਇਹਨਾਂ ਨੂੰ ਸਹੂਲਤ ਮਿਲੀ ਹੈਗੀ ਆ ਇਹਨੂੰ ਪੂਰਾ ਇਹ ਯੂਜ਼ ਕਰਨਗੇ, ਔਰ ਬਿਲਕੁਲ ਕ੍ਰਾਈਮ 'ਤੇ ਕੰਟਰੋਲ ਕਰਨਗੇ, ਆਮ ਲੋਕਾਂ ਨੂੰ ਸਹੂਲਤ ਵੱਧ ਤੋਂ ਵੱਧ ਦੇਣਗੇ।